ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਮੁੱਦਾ ਪੂਰਾ ਭਖਿਆ ਰਿਹਾ। ਇੰਡੀਆ ਗੱਠਜੋੜ ਇਸ ਮੁੱਦੇ ਦੇ ਉੱਤੇ ਇੱਕਜੁੱਟ ਹੁੰਦਾ ਦਿਖਾਈ ਦਿੱਤਾ। ਵੱਡੀ ਰੈਲੀ ਕੀਤੀ ਗਈ ਰਾਮਲੀਲਾ ਮੈਦਾਨ ਦਿੱਲੀ ਦੇ ਵਿੱਚ। ਭਗਵੰਤ ਮਾਨ ਇੱਕ ਕਿਸਮ ਦੇ ਰਾਹੁਲ ਗਾਂਧੀ ਸਾਹਿਬ ਦੇ ਨਾਲ ਬਹੁਤ ਘਿਓ ਖਿਚੜੀ ਹੋਏ ਦਿਖੇ। ਦਿਲਚਸਪ ਗੱਲ ਇਹ, ਸਾਰਿਆਂ ਨੇ ਕਿਹਾ ਕਿ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਲੋਕਤੰਤਰ ਨੂੰ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ ਭਾਰਤ 'ਚ। ਕਿਸਾਨਾਂ ਨੇ ਵੀ ਮੋਰਚਾ ਖੋਲ੍ਹਿਆ ਹੋਇਆ ਹੈ, ਕਿਸਾਨ ਅੰਦੋਲਨ ਜਾਰੀ ਹੈ ਅਤੇ ਕਿਸਾਨਾਂ ਨੇ ਇਸ ਮੁੱਦੇ ਦੇ ਉੱਤੇ ਇੱਕਜੁੱਟਤਾ ਦਿਖਾਈ ਹੈ ਕਿ ਅਸੀਂ BJP ਦਾ ਵਿਰੋਧ ਕਰਾਂਗੇ, ਦੇਸ਼ ਭਰ ਦੇ ਵਿੱਚ BJP ਦੇ ਖਿਲਾਫ ਇੱਕ ਮੁਹਿੰਮ ਚਲਾਵਾਂਗੇ ਜਿਹਦਾ ਅਸਰ ਪੰਜਾਬ ਅਤੇ ਹਰਿਆਣਾ ਦੇ ਵਿੱਚ ਦਿਸਣਾ ਸ਼ੁਰੂ ਹੋ ਗਿਆ ਹੈ। ਫਰੀਦਕੋਟ ਦੇ ਵਿੱਚ ਹੰਸਰਾਜ ਹੰਸ ਦਾ ਵਿਰੋਧ ਹੋਇਆ, ਇੱਧਰ ਅੰਮ੍ਰਿਤਸਰ ਵਾਲੇ ਪਾਸੇ ਤਰਨਜੀਤ ਸਿੰਘ ਸੰਧੂ ਸਾਹਿਬ ਦਾ ਵਿਰੋਧ ਹੋਇਆ, ਪਟਿਆਲੇ ਦੀ ਉਮੀਦਵਾਰ ਬੀਬੀ ਪ੍ਰਨੀਤ ਕੌਰ ਦਾ ਵਿਰੋਧ ਹੋਇਆ। ਇੱਥੋਂ ਤੱਕ ਕਈ ਥਾਵਾਂ ਦੇ ਉੱਤੇ ਬੀਬੀ ਹਰਸਿਮਰਤ ਕੌਰ ਨਾਲ ਵੀ ਸਵਾਲ ਜਵਾਬ ਹੁੰਦੇ ਦੇਖੇ ਗਏ। ਸੰਜੇ ਸਿੰਘ ਬਾਹਰ ਆ ਗਏ ਨੇ ਜੇਲ੍ਹ ਤੋਂ, ਉਹ ਤਿਹਾੜ ਜੇਲ੍ਹ ਦੇ ਵਿੱਚ ਬੰਦ ਸੀਗੇ, ਬਾਹਰ ਆ ਕੇ ਉਹ ਕਾਫੀ ਖੁਲਾਸੇ ਕਰਦੇ ਨਜ਼ਰ ਆ ਰਹੇ ਨੇ। ਇੱਥੋਂ ਤੱਕ ਕਿ ਉਹਨਾਂ ਨੇ ਇਲਜ਼ਾਮ ਵੀ ਕਾਫੀ ਲਗਾ ਦਿੱਤੇ ਨੇ BJP ਦੇ ਉੱਤੇ, ਸ਼ਰਤਾਂ ਦੇ ਉੱਤੇ ਉਹਨਾਂ ਨੂੰ ਜ਼ਮਾਨਤ ਮਿਲੀ ਆ ਸੁਪਰੀਮ ਕੋਰਟ ਤੋਂ, ਉਹ ਵੀ ਆਬਕਾਰੀ ਨੀਤੀ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸਨ। ਰਵਨੀਤ ਸਿੰਘ ਬਿੱਟੂ ਭਾਜਪਾ ਦੇ ਵਿੱਚ ਸ਼ਾਮਲ ਹੋਏ, ਉਹਨਾਂ ਨੂੰ ਭਾਜਪਾ ਨੇ ਟਿਕਟ ਵੀ ਦੇ ਦਿੱਤੀ ਅਤੇ ਅੰਦਰ ਖਾਤੇ ਵਿਰੋਧ ਵੀ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਬਿਲਕੁਲ ਉਹਨਾਂ ਦੇ ਜਿਹੜੇ ਵਿਰੋਧੀ ਸੀਗੇ ਉਹ ਵੀ ਹੁਣ ਸਾਹਮਣੇ ਆਉਂਦੇ ਨਜ਼ਰ ਆ ਰਹੇ ਨੇ। ਟਿਕਟਾਂ ਉਹਨਾਂ ਦੀ ਟੱਕਰ ਦੇ ਵਿੱਚ ਤਗੜੇ ਉਮੀਦਵਾਰਾਂ ਨੂੰ ਦੇਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ। ਸਾਰੀਆਂ ਧਿਰਾਂ ਨੇ ਜ਼ੋਰ ਲਾਇਆ ਵੀ ਕੋਈ ਨਾ ਕੋਈ ਅਜਿਹਾ ਲੀਡਰ ਉਹਦੇ ਬਰਾਬਰੀ ਦਾ ਉਤਾਰਿਆ ਜਾਵੇ ਜਿਹੜਾ ਉਹਨੂੰ ਪੂਰੀ ਕਰਾਰੀ ਹਾਰ ਦੇ ਸਕੇ। ਕੁੱਲ ਮਿਲਾ ਕੇ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ ਰਵਨੀਤ ਬਿੱਟੂ ਨੇ। ਇੱਥੇ ਜਿਹੜੇ ਯੁੱਗ ਬਦਲ ਲਾਏ ਸੀ ਉਹ ਵੀ ਆਪਣੇ ਉਮੀਦਵਾਰ ਨਹੀਂ ਪੈਦਾ ਕਰ ਸਕੇ, ਦੂਜਿਆਂ ਚੋਂ ਲਿਆ ਰਹੇ ਨੇ। ਸੋ ਕੁੱਲ ਮਿਲਾ ਕੇ ਬਿੱਟੂ ਨੂੰ ਦੂਰੀ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਰਿਹਾ, ਇੱਕ ਪਾਸੇ ਕਾਂਗਰਸ ਵਾਲੇ ਪਾਸਿਓ, ਦੂਜੇ ਪਾਸੇ ਪਾਰਟੀ ਦੇ ਅੰਦਰਲੇ ਖੇਮੇ ਚੋਂ। ਪੰਜਾਬ ਸਰਕਾਰ ਨੇ ਸਾਈਲੋਜ਼ ਦੇ ਵਿੱਚ ਕਣਕ ਦੀ ਖਰੀਦ ਦਾ ਸ਼ੁਰੂ ਕੀਤਾ ਸੀਗਾ, ਐਲਾਨ ਹੋ ਗਿਆ ਸੀਗਾ, ਸਾਈਲੋਜ਼ ਦੀ ਸੂਚੀ ਵੀ ਜਾਰੀ ਹੋ ਗਈ ਸੀ, ਪਰ ਇਹਦਾ ਵਿਰੋਧ ਕੀਤਾ ਗਿਆ ਕਿਸਾਨਾਂ ਵੱਲੋਂ, ਹੋਰਨਾਂ ਵਿਰੋਧੀ ਧਿਰਾਂ ਵੱਲੋਂ, ਜਿਸ ਤੋਂ ਬਾਅਦ ਮਾਨ ਸਰਕਾਰ ਨੂੰ ਯੂ ਟਰਨ ਲੈਣਾ ਪਿਆ ਅਤੇ ਇਹ ਫੈਸਲਾ ਵੀ ਵਾਪਸ ਲੈ ਲਿਆ ਗਿਆ। ਪਰ ਕਿਸਾਨ ਅਜੇ ਵੀ ਕਹਿੰਦੇ ਨੇ, ਜਿਸ ਤਰ੍ਹਾਂ ਉਗਰਾਹਾਂ ਜਥੇਬੰਦੀ ਹੈ, ਕਿ ਅਸੀਂ ਸਾਈਲੋਜ਼ ਦੇ ਬਾਹਰ ਮੁਜ਼ਾਹਰੇ ਕਰਾਂਗੇ। ਪਿਛਲੇ ਸਾਲ ਵੀ ਕਿਸਾਨ ਜਥੇਬੰਦੀਆਂ ਵਿਰੋਧ ਕਰਨ ਦੇ ਬਾਵਜੂਦ ਕਿਸਾਨਾਂ ਨੇ ਉੱਥੇ ਜਾ ਕੇ ਫਸਲ ਵੇਚੀ ਸੀ ਕਿ ਨਹੀਂ ਵੇਚੀ ਸੀ? ਉਦੋਂ ਤੁਹਾਡੇ ਟਰੈਕਟਰ ਉੱਧਰ ਨੂੰ ਕਿਉਂ ਗਏ? ਜਿੰਨੀਆਂ ਵਿਰੋਧੀ ਧਿਰਾਂ ਨੇ ਉਹ ਕਹਿੰਦੇ ਭਾਰਤੀ ਜਨਤਾ ਪਾਰਟੀ ਕੋਈ ਨੋਟਿਸ ਦੇਵੇ ਤੇ ਰਾਤ ਨੂੰ ਸੁੱਤੇ ਪਏ ਦੀ ਜਾਗ ਵੀ ਖੁੱਲ ਜਾਂਦੀ ਹੈ ਚੋਣ ਕਮਿਸ਼ਨ ਦੀ, ਤੇ ਜੇ ਅਸੀਂ ਦਿਨੇ ਜਾਗਦੇ ਵੇਲੇ ਕੋਈ ਨੋਟਿਸ ਦੇ ਆਈਏ ਉਹਨੂੰ ਦੇਖ ਕੇ ਅੱਖਾਂ ਵੀ ਚਲੈਂਦੇ ਨੇ।
ਸਤਿ ਸ਼੍ਰੀ ਅਕਾਲ। ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਇਸ ਪ੍ਰੋਗਰਾਮ ਦੇ ਵਿੱਚ ਹਫ਼ਤਾ ਭਰ ਦੀਆਂ ਸਰਗਰਮੀਆਂ ਦੇ ਉੱਤੇ ਝਾਤ ਪਾਉਣੇ ਆ। ਸਰਗਰਮੀਆਂ ਜੁੜੀਆਂ ਹੁੰਦੀਆਂ ਨੇ ਦੇਸ਼ ਨਾਲ, ਰਾਜਨੀਤੀ ਨਾਲ, ਧਰਮ ਨਾਲ ਅਤੇ ਤੁਹਾਡੇ ਆਲੇ ਦੁਆਲੇ ਦੇਸ਼ ਦੇ ਵਿੱਚ, ਸੂਬੇ ਦੇ ਵਿੱਚ ਇੱਕ ਹਫ਼ਤੇ ਦੇ ਦੌਰਾਨ ਕੀ ਕੁਝ ਵਾਪਰ ਗਿਆ, ਕਿਹੜੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ, ਉਹਨਾਂ ਸਾਰੀਆਂ ਦੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਹਾਂ। ਅਤੇ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲ ਸਾਹਿਬ, ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਧਰਮਿੰਦਰ ਸੰਧੂ ਸਾਹਿਬ ਜੀ। ਢਿੱਲ ਸਾਹਿਬ, ਇਸ ਹਫ਼ਤੇ ਦੇ ਦੌਰਾਨ ਵੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਮੁੱਦਾ ਪੂਰਾ ਭਖਿਆ ਰਿਹਾ। ਇੰਡੀਆ ਗੱਠਜੋੜ ਇਸ ਮੁੱਦੇ ਦੇ ਉੱਤੇ ਇੱਕਜੁੱਟ ਹੁੰਦਾ ਦਿਖਾਈ ਦਿੱਤਾ। ਵੱਡੀ ਰੈਲੀ ਕੀਤੀ ਗਈ ਰਾਮਲੀਲਾ ਮੈਦਾਨ ਦਿੱਲੀ ਦੇ ਵਿੱਚ, ਭਰਵਾਂ ਹੁੰਗਾਰਾ ਮਿਲਿਆ। ਕੋਈ ਹੀ ਅਜਿਹਾ ਲੀਡਰ ਹੋਵੇਗਾ ਜਿਹੜਾ ਇੰਡੀਆ ਗੱਠਜੋੜ ਦਾ ਹਿੱਸਾ ਹੋਵੇ ਅਤੇ ਨਾ ਪਹੁੰਚਿਆ ਹੋਵੇ। ਜੰਮੂ ਕਸ਼ਮੀਰ ਤੋਂ ਲੈ ਕੇ, ਝਾਰਖੰਡ ਤੋਂ ਲੈ ਕੇ, ਯੂਪੀ, ਬਿਹਾਰ, ਅਲੱਗ ਅਲੱਗ ਥਾਵਾਂ ਤੋਂ ਲੀਡਰ ਪਹੁੰਚੇ ਜਿਹੜੇ ਇੰਡੀਆ ਗੱਠਜੋੜ ਦਾ ਹਿੱਸਾ ਨੇ, ਅਤੇ ਇੱਕੋ ਆਵਾਜ਼ ਦੇ ਵਿੱਚ ਸਭ ਨੇ ਕਿਹਾ ਕਿ ਲੋਕਤੰਤਰ ਨੂੰ ਬਚਾਉਣਾ ਜ਼ਰੂਰੀ ਹੈ, ਇਸ ਕਰਕੇ ਇੰਡੀਆ ਗੱਠਜੋੜ ਨੂੰ ਜਿਤਾਓ ਅਤੇ ਕੇਜਰੀਵਾਲ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਉਹ ਸਹੀ ਨਹੀਂ ਹੋਈ, ਕੇਵਲ ਅਤੇ ਕੇਵਲ ਵਿਰੋਧੀਆਂ ਨੂੰ ਪਰੇਸ਼ਾਨ ਕਰਨ ਵਾਸਤੇ, ਚੋਣ ਕੰਪੇਨ ਨੂੰ ਪ੍ਰਭਾਵਿਤ ਕਰਨ ਵਾਸਤੇ ਸਾਰਾ ਕੁਝ ਕੀਤਾ ਗਿਆ ਹੈ। ਇੰਡੀਆ ਗੱਠਜੋੜ ਲਗਭਗ 2 ਦਰਜਨ ਤੋਂ ਵੱਧ ਸਿਆਸੀ ਪਾਰਟੀਆਂ ਦਾ ਇਕੱਠ ਹੈ, ਜਿਹਦੇ ਵਿੱਚ ਤੁਸੀਂ ਗੱਲ ਕੀਤੀ ਜੰਮੂ ਕਸ਼ਮੀਰ ਤੋਂ ਦੋ ਵੱਖ ਵੱਖ ਵਿਚਾਰਧਾਰਾਵਾਂ, ਡਾਕਟਰ ਫਾਰੂਕ ਅਬਦੁੱਲਾ ਅਤੇ ਡਾਕਟਰ ਮਹਿਬੂਬਾ ਮੁਫਤੀ, ਉੱਤਰ ਪ੍ਰਦੇਸ਼ ਅਖਿਲੇਸ਼ ਯਾਦਵ, ਬਿਹਾਰ ਤੇਜਸਵੀ ਯਾਦਵ, ਝਾਰਖੰਡ ਖੱਬੀਆਂ ਧਿਰਾਂ ਕਾਂਗਰਸ ਪਾਰਟੀ ਦੇ ਬਹੁਤ ਟੌਪ ਲੀਡਰਸ਼ਿਪ ਪ੍ਰਧਾਨ ਮਲਕਰਜਨ ਖੜਗੇ, ਬੀਬੀ ਸੋਨੀਆ ਗਾਂਧੀ, ਪ੍ਰਿਅੰਕਾ ਗਾਂਧੀ, ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ, ਇਸੇ ਤਰ੍ਹਾਂ ਇੱਕ ਹੋਰ ਬੀਬੀ ਜਿਹੜੀ ਸਭ ਤੋਂ ਵੱਧ ਖਿੱਚ ਦਾ ਕੇਂਦਰ ਰਹੀ ਉਹ ਸੀ ਸੁਨੀਤਾ ਕੇਜਰੀਵਾਲ। ਜਦੋਂ ਇਕਜੁੱਟਤਾ ਹੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਇੱਕ ਕਿਸਮ ਦੇ ਰਾਹੁਲ ਗਾਂਧੀ ਸਾਹਿਬ ਦੇ ਨਾਲ ਬਹੁਤ ਘਿਓ ਖਿਚੜੀ ਹੋਏ ਦਿਖੇ। ਦਿਲਚਸਪ ਗੱਲ ਇਹ, ਸਾਰਿਆਂ ਨੇ ਕਿਹਾ ਕਿ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਲੋਕਤੰਤਰ ਨੂੰ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ ਭਾਰਤ 'ਚ। ਮੌਜੂਦਾ ਹੁਕਮਰਾਨ ਭਾਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ, ਇਹਨਾਂ ਨੇ ਤਾਂ ਲੋਕਤੰਤਰ ਦਾ ਮਾਣਾ ਹੀ ਬਦਲਤਾ, ਸਾਰਾ ਕੁਝ ਆਪਣੇ ਮੁਤਾਬਕ ਸ਼ੁਰੂ ਕਰਤਾ। ਔਰ ਤਕਰੀਰਾਂ ਦੇ ਵਿੱਚ ਇੰਨੀ ਲੜੀ ਸੀ ਕਿ ਕੋਈ ਪਾਰਟੀ ਦਾ ਆਗੂ ਆਪਣੇ ਕਿਸੇ ਦੇ ਖਿਲਾਫ ਨਹੀਂ ਬੋਲਿਆ। ਉਧਵ ਠਾਕਰੇ ਸਾਹਿਬ, ਖੱਬੀਆਂ ਧਿਰਾਂ ਦੇ ਵਿੱਚੋਂ ਡੀ ਰਾਜਾ, ਉਹਨਾਂ ਦੇ ਨਾਲ ਜਿਹੜੇ ਦੂਸਰੇ ਆਗੂ ਨੇ ਉਹ ਵੀ ਉੱਥੇ ਸੁਸ਼ੋਭਿਤ ਸਨ। ਇਕੱਠ ਦੇ ਪੱਖੋਂ ਬੜਾ ਭਾਰੀ ਇਕੱਠ ਹੋਇਆ। ਇਹਨਾਂ ਸਾਰਿਆਂ ਨੇ ਇੱਕੋ ਜੁੱਟਤਾ ਦੇ ਵਿੱਚ ਇਹੀ ਗੱਲ ਆਖੀ
ਕਿ ਜੇਕਰ ਆਪਾਂ ਇਕੱਠੇ ਹੋ ਕੇ ਚੱਲੇ ਤਾਂ ਭਾਰਤ ਦੇ ਲੋਕਤੰਤਰ ਦੀ ਰਾਖੀ ਕਰ ਸਕਦੇ ਹਾਂ, ਇਹਨੂੰ ਬਚਾ ਸਕਦੇ ਹਾਂ। ਤੁਸੀਂ ਦੇਖੋ ਇਹਦੇ ਨੂੰ ਲੈ ਕੇ ਭਾਵੇਂ ਕੁਝ ਥਾਵਾਂ ਦੇ ਉੱਤੇ ਪੱਛਮੀ ਬੰਗਾਲ ਦੇ ਵਿੱਚ ਇਹਨਾਂ ਦਾ ਗੱਠਜੋੜ ਨਹੀਂ ਹੋਇਆ, ਕਿਉਂਕਿ ਬੀਬੀ ਮਮਤਾ ਬੈਨਰਜੀ ਨੂੰ ਕਾਮਰੇਡਾਂ ਭਾਵ ਖੱਬੀਆਂ ਧਿਰਾਂ ਦੇ ਨਾਲ ਵਿਰੋਧ ਤਾਂ, ਪਰ ਉਹਨਾਂ ਦੇ ਆਗੂ ਜਿਹੜੇ ਬ੍ਰੇਕ ਓ ਡਰੇਨ ਉਹ ਉੱਥੇ ਸੁਸ਼ੋਭਿਤ ਸਨ। ਇਕੱਲੇ ਇਕੱਲੇ ਆਗੂ ਨੇ ਇਹੋ ਹੀ ਗੱਲ ਕਹੀ ਕਿ ਅੱਜ ਮਤਭੇਦ ਭੁਲਾ ਕੇ ਆਪਾਂ ਨੂੰ ਅਜਿਹੇ ਤਰੀਕੇ ਦੇ ਨਾਲ ਤੁਰਨਾ ਚਾਹੀਦਾ ਤਾਂ ਕਿ ਲੋਕਤੰਤਰ ਨੂੰ ਬਚਾਇਆ ਜਾ ਸਕੇ। ਜੇ ਲੋਕਤੰਤਰ ਨਾ ਬਚਿਆ, ਇਸ ਦੇਸ਼ ਦੀ ਹੋਂਦ ਨੂੰ ਖਤਰਾ ਪੈਦਾ ਹੋ ਸਕਦਾ, ਕਿਉਂਕਿ ਮੌਜੂਦਾ ਹੁਕਮਰਾਨਾਂ ਨੇ ਇਹ ਢਾਲਿਆ ਕਿ ਅਸੀਂ ਆਪਣੇ ਮੁਤਾਬਕ ਕਰਨਾ। ਜਿਵੇਂ ਮੈਂ ਅਕਸਰ ਕਾਨੂੰਨ ਬਾਰੇ ਕਹਿੰਦਾ ਹੁੰਦਾ ਕਿ ਭਾਰਤ ਦਾ ਕਾਨੂੰਨ ਮੋਮ ਵਾਂਗ ਆਮ ਲੋਕਾਂ ਲਈ ਬਹੁਤ ਸਖਤ ਹੈ ਅਤੇ ਜਿਹੜੇ ਵੱਡੇ ਨੇ ਉਹ ਇਹਨੂੰ ਗਰਮ ਕਰਕੇ ਆਪਣੇ ਵਾਲੇ ਪਾਸੇ ਨੂੰ ਘੁਮਾ ਲੈਂਦੇ ਨੇ। ਸੋ ਕੁੱਲ ਮਿਲਾ ਕੇ ਇਹ ਰੈਲੀ ਜਿਹਨੂੰ ਇਹਨਾਂ ਨੇ ਲੋਕਤੰਤਰ ਬਚਾਓ ਰੈਲੀ ਦਾ ਨਾਂ ਦਿੱਤਾ ਸੀ, ਉਹਨਾਂ ਗੋਦੀ ਮੀਡੀਆ ਦੇ ਚੈਨਲਾਂ ਨੂੰ ਵੀ ਅਤੇ ਵੱਖ ਵੱਖ ਭਾਰਤ ਵਿੱਚ ਛਪਦੇ ਅਖਬਾਰਾਂ ਨੂੰ ਇਹ ਖਬਰ ਪਹਿਲੇ ਸਫ਼ੇ ਦੀ ਸੁਰਖੀ ਬਣਾਉਣੀ ਪੈ ਗਈ, ਜਿਹੜੇ ਨੱਕ ਜਾਂ ਵੱਟਦੇ ਹੁੰਦੇ ਸੀ। ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦਾ ਇੰਡੀਆ ਦਾ ਜਿਹੜਾ ਗੱਠਜੋੜ ਹੋਇਆ ਦੋ ਦਰਜਨ ਤੋਂ ਵੱਧ ਪਾਰਟੀਆਂ ਦਾ, ਇਹਨਾਂ ਨੇ ਪਹਿਲਾਂ ਬਿਹਾਰ ਦੇ ਵਿੱਚ ਪਟਨਾ, ਫਿਰ ਇਹਨਾਂ ਨੇ ਮੁੰਬਈ ਦੇ ਵਿੱਚ ਸ਼ਿਵਾਜੀ ਪਾਰਕ ਅਤੇ 31 ਇਸ ਮਾਰਚ ਨੂੰ ਬੀਤੀ ਵਰ੍ਹੇ ਦੇ ਆਖਰੀ ਦਿਨ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਇੱਕ ਇਤਿਹਾਸ ਸਿਰਜਤਾ। ਉਹਦੇ ਵਿੱਚ ਕੁਝ 5 ਗਰੰਟੀਆਂ, ਨਾਰੀ ਗਰੰਟੀ, ਬੇਰੁਜ਼ਗਾਰ ਗਰੰਟੀ, ਕਿਸਾਨਾਂ ਦੀ ਆਮਦਨ ਅਤੇ 5 ਨੇ ਆ 25 ਗਰੰਟੀਆਂ ਦੇ ਉੱਤੇ ਪਹਿਰਾ ਦਿੱਤਾ। ਬਾਅਦ ਦੇ ਵਿੱਚ ਉਹਨੂੰ ਚੋਣ ਮਨੋਰਥ ਪੱਤਰ ਦੇ ਰੂਪ ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਜਾਰੀ ਕਰਤਾ ਜੀ। ਟਿੱਲ ਸਾਹਿਬ, ਇੱਕ ਪਾਸੇ ਚੋਣਾਂ ਦਾ ਬਿਗਲ ਵੱਜਿਆ ਹੋਇਆ, ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਨੇ, ਵੱਡੇ ਵੱਡੇ ਲੀਡਰ ਆਪਣੇ ਕਾਫਲਿਆਂ ਦੇ ਨਾਲ ਰਿਟਰਨਿੰਗ ਅਧਿਕਾਰੀਆਂ ਦੇ ਕੋਲ ਪਹੁੰਚ ਰਹੇ ਨੇ, ਅਤੇ ਦੂਜੇ ਪਾਸੇ ਕਿਸਾਨਾਂ ਨੇ ਵੀ ਮੋਰਚਾ ਖੋਲ੍ਹਿਆ ਹੋਇਆ, ਕਿਸਾਨ ਅੰਦੋਲਨ ਜਾਰੀ ਹੈ, ਅਤੇ ਕਿਸਾਨਾਂ ਨੇ ਇਸ ਮੁੱਦੇ ਦੇ ਉੱਤੇ ਇੱਕਜੁੱਟਤਾ ਦਿਖਾਈ ਹੈ ਕਿ ਅਸੀਂ ਬੀਜੇਪੀ ਦਾ ਵਿਰੋਧ ਕਰਾਂਗੇ, ਦੇਸ਼ ਭਰ ਦੇ ਵਿੱਚ ਬੀਜੇਪੀ ਦੇ ਖਿਲਾਫ ਇੱਕ ਮੁਹਿੰਮ ਚਲਾਵਾਂਗੇ, ਜਿਹਦਾ ਅਸਰ ਪੰਜਾਬ ਅਤੇ ਹਰਿਆਣਾ ਦੇ ਵਿੱਚ ਦਿਸਣਾ ਸ਼ੁਰੂ ਹੋ ਗਿਆ ਹੈ। ਬੀਜੇਪੀ ਦੇ JJP ਦਾ ਘਰਾ ਹਰਿਆਣਾ ਦੇ ਵਿੱਚ ਕੀਤਾ ਜਾ ਰਿਹਾ ਹੈ, ਅਤੇ ਪੰਜਾਬ ਦੇ ਵਿੱਚ ਬੀਜੇਪੀ ਦੇ ਉਮੀਦਵਾਰਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੱਤਾ ਜਾ ਰਿਹਾ, ਚੇਤਾਵਨੀ ਦੇ ਬੋਰਡ ਲੱਗ ਗਏ ਨੇ, ਅਤੇ ਇਸ ਤੋਂ ਇਲਾਵਾ ਕਾਫਲੇ ਉਹਨਾਂ ਦੇ ਅੱਧ ਰਾਹੇ ਹੀ ਮੋੜ ਦਿੱਤੇ ਜਾਂਦੇ ਨੇ। ਦੇਖੋ ਤੁਸੀਂ ਪਿਛਲੀਆਂ ਚੋਣਾਂ ਦੇ ਵਿੱਚ ਵੀ ਦੇਖੋ ਉਹਨਾਂ ਨੇ ਸ਼ਰੇਆਮ ਐਲਾਨ ਕੀਤਾ ਸੀ ਅਤੇ ਭਾਰਤੀ ਜਨਤਾ ਪਾਰਟੀ ਦੇ ਬਹੁਤ ਸਾਰੇ ਆਗੂਆਂ ਨੂੰ ਇਸ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ ਜੀ। ਕਈਆਂ ਦੇ ਅਸੀਂ ਉਦੋਂ ਵੀ ਕਹਿੰਦੇ ਸੀ ਉਹਨਾਂ ਦੇ ਘਰਾਂ ਦੇ ਬੁਰੇ ਜਿਹੜੀ ਗੰਦਗੀ ਸੁੱਟਦੇ ਜਾ ਕੇ ਇਹ ਠੀਕ ਨਹੀਂ, ਵਿਰੋਧ ਦਾ ਤਰੀਕਾ ਹੋਰ ਵੀ ਹੁੰਦਾ, ਜਿੰਨਾ ਮਰਜ਼ੀ ਕਰੋ ਪਰ
ਸਭਿਅਕ ਭਾਸ਼ਾ 'ਚ ਕਰੋ, ਸਹੀ ਤਰੀਕੇ ਨਾਲ ਕਰੋ, ਕਾਲੇ ਝੰਡੇ ਦਿਖਾਓ, ਮੁਰਦਾਬਾਦ ਕਹੋ, ਤੁਹਾਡਾ ਹੱਕ ਹੈ। ਸੋ ਇਸ ਮਾਮਲੇ ਦੇ ਵਿੱਚ ਤੁਸੀਂ ਖੁਦ ਕਹਿ ਸਕਦੇ ਹੋ ਕਿ ਭਾਰਤੀ ਜਨਤਾ ਪਾਰਟੀ ਦਾ ਉਹ ਕਹਿੰਦੇ ਵਿਰੋਧ ਕਰਾਂਗੇ ਨਹੀਂ, ਕਰਨਾ ਸ਼ੁਰੂ ਕਰਤਾ। ਫਰੀਦਕੋਟ ਦੇ ਵਿੱਚ ਹੰਸ ਰਾਜ ਹੰਸ ਦਾ ਵਿਰੋਧ ਹੋਇਆ, ਇੱਧਰ ਅੰਮ੍ਰਿਤਸਰ ਵਾਲੇ ਪਾਸੇ ਤਰਨਜੀਤ ਸਿੰਘ ਸੰਧੂ ਸਾਹਿਬ ਦਾ ਵਿਰੋਧ ਹੋਇਆ, ਪਟਿਆਲੇ ਦੀ ਉਮੀਦਵਾਰ ਬੀਬੀ ਪ੍ਰਨੀਤ ਕੌਰ ਦਾ ਵਿਰੋਧ ਹੋਇਆ, ਇੱਥੋਂ ਤੱਕ ਕਈ ਥਾਵਾਂ ਦੇ ਉੱਤੇ ਬੀਬੀ ਹਰਸਿਮਰਤ ਕੌਰ ਨਾਲ ਵੀ ਸਵਾਲ ਜਵਾਬ ਹੁੰਦੇ ਦੇਖੇ ਗਏ। ਅੱਗੇ ਜਦੋਂ ਵੀ ਇਹਨਾਂ ਦੇ ਹੋਰ ਆਗੂ ਜਾਣਗੇ ਤਾਂ ਵਿਰੋਧ ਤਾਂ ਉਹਨਾਂ ਨੂੰ ਵੀ ਸਾਹਮਣਾ ਕਰਨਾ ਪਵੇਗਾ। ਕਿਵੇਂ ਬਚਣਾ? ਇਸ ਭਾਰਤੀ ਜਨਤਾ ਪਾਰਟੀ ਦੇ ਆਮ ਲੋਕਾਂ ਦੀ ਇਹ ਰਾਏ ਹੈ, 10 ਸਾਲ ਰਾਜ ਕਰਕੇ ਇਹ ਹੰਕਾਰ ਦੇ ਘੋੜੇ 'ਤੇ ਚੜ੍ਹ ਗਏ, ਇਹ ਅੱਖਾਂ 'ਤੇ ਪੱਟੀ ਬੰਨ੍ਹ ਕੇ ਹਰੇ ਰੰਗ ਦੀ ਅਤੇ ਲੋਕਾਂ ਤੋਂ ਉੱਤੋਂ ਦੀ ਉੱਡੇ ਫਿਰਦੇ ਹੈ, ਪਰ ਜ਼ਮੀਨੀ ਹਕੀਕਤ ਕੁਛ ਹੋਰ ਹੈ। ਜਦੋਂ ਤੁਸੀਂ ਜ਼ਮੀਨੀ ਹਕੀਕਤ 'ਚ ਜਾਓਗੇ ਤਾਂ ਉਹ ਸਾਰਾ ਕੁਛ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। ਅਜਿਹੀ ਸਥਿਤੀ ਦੇ ਵਿੱਚ ਇਹਨਾਂ ਦੇ ਵਿਰੋਧ ਹੋ ਰਹੇ ਨੇ। ਕਿਸਾਨਾਂ ਵੱਲੋਂ ਇੱਥੇ 2 ਕਿਸਮ ਦਾ ਕਿਸਾਨ ਮੋਰਚਾ ਹੈ, ਸੰਯੁਕਤ ਕਿਸਾਨ ਮੋਰਚੇ, ਇੱਕ ਗੈਰ ਸਿਆਸੀ, ਇੱਕ ਦੂਜਾ ਜਿਹਦੇ ਵਿੱਚ 32 ਤੋਂ ਵੱਧ ਜਥੇਬੰਦੀਆਂ ਨੇ। ਇੱਕ ਏਜੰਡੇ 'ਤੇ ਦੋਨਾਂ ਦਾ ਕੌਮਨ ਹੈ, ਸਾਂਝਾ ਹੈ, ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨਾ ਹੈ। ਉਹਨਾਂ ਨੇ 700 ਤੋਂ ਵੱਧ ਕਿਸਾਨ ਸ਼ਹੀਦ ਕਰਾਤਾ, ਉਹਨਾਂ ਦੀਆਂ ਨੀਤੀਆਂ ਕਾਰਨ ਕਿਸਾਨਾਂ ਦੇ ਕੁੱਟਮਾਰ ਹੋਈ, ਅੱਜ ਵੀ ਉਹ ਬਾਰਡਰਾਂ 'ਤੇ ਬੈਠੇ ਆ। ਇਸ ਮੰਤਵ ਦੇ ਨਾਲ ਉਹਨਾਂ ਨੇ ਚੇਤਾਵਨੀ ਬੋਰਡ ਵੀ ਲਾਏ ਕਿ ਜੇਕਰ ਕੋਈ ਸਾਡੇ ਪਿੰਡ ਦੇ ਵਿੱਚ ਆ ਗਿਆ ਉਹਨੂੰ ਫਿਰ ਬਹੁਤ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਅਦਰਵਾਈਜ਼ ਅਕਾਲੀ ਦਲ ਭਾਵੇਂ ਅੰਦਰੋਂ ਖਾਤੀ ਘਿਓ ਖਿਚੜੀ ਹੋਵੇ, ਪਰ ਇਸ ਕਰਕੇ ਇਹਨਾਂ ਦੇ ਨਾਲ ਨਹੀਂ ਖੜਦੇ ਕਿਉਂਕਿ ਕਿਸਾਨਾਂ ਦਾ ਵਿਰੋਧ ਹੋ ਸਕਦਾ। ਜੀ ਜੀ ਬਿਲਕੁਲ। ਢਿੱਲੋਂ ਸਾਹਿਬ, ਸੰਜੇ ਸਿੰਘ ਬਾਹਰ ਆ ਗਏ ਨੇ ਜੇਲ੍ਹ ਤੋਂ, ਉਹ ਤਿਹਾੜ ਜੇਲ੍ਹ ਦੇ ਵਿੱਚ ਬੰਦ ਸੀਗੇ, ਬਾਹਰ ਆ ਕੇ ਉਹ ਕਾਫੀ ਖੁਲਾਸੇ ਕਰਦੇ ਨਜ਼ਰ ਆ ਰਹੇ ਨੇ। ਇੱਥੋਂ ਤੱਕ ਕਿ ਉਹਨਾਂ ਨੇ ਇਲਜ਼ਾਮ ਵੀ ਕਾਫੀ ਲਗਾ ਦੇ ਉੱਤੇ ਨੇ BJP ਦੇ ਉੱਤੇ, ਸ਼ਰਤਾਂ ਦੇ ਉੱਤੇ ਉਹਨਾਂ ਨੂੰ ਜ਼ਮਾਨਤ ਮਿਲੀ ਆ ਸੁਪਰੀਮ ਕੋਰਟ ਤੋਂ, ਉਹ ਵੀ ਆਬਕਾਰੀ ਨੀਤੀ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸਨ, ਨਿਆਇਕ ਹਿਰਾਸਤ ਦੇ ਵਿੱਚ ਸਨ। ਅਤੇ ਉਹਨਾਂ ਨੇ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਕਿ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਪਹਿਲਾਂ ਆਗਿਆ ਨਹੀਂ ਦਿੱਤੀ ਗਈ ਬਾਹਰ ਅੰਦਰ ਜਾਣ ਦੀ, ਉਸ ਤੋਂ ਬਾਅਦ ਦੇ ਵਿੱਚ ਸਿਕਿਉਰਿਟੀ ਦੇ ਨਾਲ ਉਹ ਬਾਹਰ ਜਾ ਸਕਦੇ ਸੀਗੇ, ਥੋੜ੍ਹੀ ਦੇਰ ਵਾਸਤੇ ਟਹਿਲ ਸਕਦੇ ਸੀ। ਇਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਉੱਥੇ ਇੱਕ ਆਡੀਓ ਰੂਮ ਸੀ ਉਹਦੇ ਵਿੱਚ ਜਾਣ ਦੀ ਇਜਾਜ਼ਤ ਮਿਲੀ, ਉਸ ਤੋਂ ਇਲਾਵਾ ਇੱਕ ਗੇਮਿੰਗ ਵਾਸਤੇ ਖੇਡਣ ਦੀ ਉਹਨਾਂ ਨੂੰ ਇਜਾਜ਼ਤ ਮਿਲੀ, ਕਾਫੀ ਕੁਛ ਸੀਗਾ, ਕਿਤਾਬਾਂ ਪੜ੍ਹੀਆਂ ਉਹਨਾਂ ਨੇ। ਪਰ ਹਮਲਾਵਰ ਹੁੰਦੇ ਨਜ਼ਰ ਆ ਰਹੇ ਨੇ, ਉਹ ਵਿਰੋਧੀਆਂ ਦੇ ਉੱਤੇ ਲਗਾਤਾਰ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ, ਵੱਡੇ ਖੁਲਾਸੇ ਕਰ ਰਹੇ ਨੇ ਕਿ ਜਿਹੜਾ ਮਾਮਲਾ ਆਬਕਾਰੀ ਨੀਤੀ ਦਾ ਕਿਹਾ ਜਾ ਰਿਹਾ ਉਹ ਐਕਚੁਅਲ 'ਚ ਅਸਲ ਦੇ ਵਿੱਚ ਭਾਜਪਾ ਦੀ ਦੇਣ ਹੈ। ਬਿਲਕੁਲ ਜੀ, ਸੰਜੇ ਸਿੰਘ ਬੜੇ ਹਮਲਾਵਰ ਤਰੀਕੇ ਨਾਲ ਗੱਲ ਕਰ ਰਿਹਾ। ਉਹਨਾਂ ਨੂੰ ਆਪਣੇ ਕੇਸ ਵਿੱਚ ਕੁਝ ਬੋਲਣ ਵਾਸਤੇ ਤਾਂ ਅਦਾਲਤ ਨੇ
ਰੋਕ ਲਈ ਵੀ ਹੈ ਜੀ, ਉਹਦੀ ਉਹ ਗੱਲ ਬਹੁਤੀ ਨਹੀਂ ਕਰਦੇ। ਉਹ ਕਹਿੰਦੇ ਪਹਿਲੇ 11 ਦਿਨ ਤਾਂ ਮੈਨੂੰ ਜਿਹੜੇ ਬੈਰਕ 'ਚ ਰੱਖਿਆ ਗਿਆ ਉਹ ਤਾਂ ਬਹੁਤ ਛੋਟਾ ਸੀ, ਹੌਲੀ ਹੌਲੀ ਜਦੋਂ ਮੈਂ ਉੱਥੇ ਜੇਲ੍ਹ ਅਧਿਕਾਰੀਆਂ ਨੂੰ ਆਖਿਆ ਤਾਂ ਉਹਨਾਂ ਨੂੰ ਮੇਰੇ ਗੱਲ ਸਮਝ ਤੋਂ ਬਾਹਰ ਦੀ ਹੈ, ਜਿਹੜੀ ਗੱਲ ਸੰਜੇ ਸਿੰਘ ਕਹਿਣ ਉੱਥੋਂ ਦੇ ਜੇਲ੍ਹ ਅਧਿਕਾਰੀਆਂ ਨੇ, ਜੇਲ੍ਹ ਦਾ ਸਾਰਾ ਪ੍ਰਸ਼ਾਸਨ ਕੇਜਰੀਵਾਲ ਦੀ ਸਰਕਾਰ ਦੇ ਅਧੀਨ ਹੈ, ਇਹਨਾਂ ਦਾ ਸਾਬਕਾ ਜੇਲ੍ਹ ਮੰਤਰੀ ਸਤਿੰਦਰ ਜੈਨ ਖੁਦ ਅੰਦਰ ਹੈ, ਅਤੇ ਫਿਰ ਜਿਹੜੀ ਇਹਨਾਂ ਦੀ ਅਗਵਾਈ ਵਾਲੀ ਜੇਲ੍ਹ ਹੋਵੇ ਉਹਦੇ ਵਿੱਚ ਇਹਨਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਾਵੇ, ਇਹ ਮੇਰੇ ਸਮਝ ਤੋਂ ਬਾਹਰ ਦੀ ਗੱਲ ਹੈ। ਜਿਹੜਾ ਵੀ ਸਰਕਾਰ ਚਲਾ ਰਿਹਾ, ਬੀਬੀ ਆਤਸ਼ੀ ਚਲਾ ਰਹੀ ਹੈ, ਸੌਰਵ ਭਾਦਵਾਜ ਚਲਾ ਰਿਹਾ, ਗੋਪਾਲ ਕਾਂਡੇ ਚਲਾ ਰਿਹਾ, ਇਹਨਾਂ 'ਚੋਂ ਕਿਸੇ ਨਾ ਕਿਸੇ ਕੋਲ ਤਾਂ ਜੇਲ੍ਹ ਦਾ ਮਹਿਕਮਾ ਹੋਵੇਗਾ ਜਾਂ ਜੇਲ੍ਹ ਬਾਈਪਾਸ ਕਰਕੇ ਸਿੱਧੀ ਅਮਿਤ ਸ਼ਾਹ ਦੇ ਅਧੀਨ ਹੈ, ਗ੍ਰਹਿ ਮੰਤਰੀ ਦੇ। ਸੋ ਸੱਜੇ ਸਿੰਘ ਹੋਰਾਂ ਨੇ ਕਿਹਾ ਕਿ ਬਾਅਦ ਦੇ ਵਿੱਚ ਮੈਨੂੰ ਬਾਹਰ ਜਾਣ ਦੀ ਆਗਿਆ ਵੀ ਮਿਲ ਗਈ ਸੀ, ਤੁਰਨ ਫਿਰਨ ਦੀ, ਅਤੇ ਹੋਰ ਉਹ ਕਹਿੰਦੇ ਮੈਂ 6 ਮਹੀਨਿਆਂ ਦੇ ਵਿੱਚ ਪੜ੍ਹਿਆ ਬਹੁਤ ਹੈ, ਨੈਲਸਨ ਮੰਡੇਲਾ ਦੀ ਹਿਸਟਰੀ ਪੜ੍ਹੀ, ਮੈਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਬਾਰੇ ਪੜ੍ਹਿਆ, ਅਤੇ ਤਮਾਮ ਕਿਤਾਬਾਂ, ਕਿਉਂਕਿ ਜੇਲ੍ਹ ਦੇ ਵਿੱਚ ਸਮਾਂ ਹੁੰਦਾ, ਬੰਦਾ ਹੋਰ ਤਾਂ ਕੁਛ ਕਰ ਨਹੀਂ ਸਕਦਾ, ਵਿਹਲੇ ਸਮੇਂ ਦੇ ਵਿੱਚ ਕਿਤਾਬਾਂ ਵਗੈਰਾ ਪੜ੍ਹ ਸਕਦਾ। ਹੁਣ ਕੇਜਰੀਵਾਲ ਸਾਹਿਬ ਵੀ ਤਾਂ 3 ਕਿਤਾਬਾਂ ਲੈ ਕੇ ਗਏ ਨੇ, ਰਮਾਇਣ ਮਹਾਂਭਾਰਤ ਅਤੇ ਇੱਕ ਪ੍ਰਧਾਨ ਮੰਤਰੀ ਬਾਰੇ। ਸੋ ਸੰਜੇ ਸਿੰਘ ਜਦੋਂ ਤੋਂ ਬਾਹਰ ਆਏ, ਇੱਕ ਕਿਸਮ ਦੇ ਨਾਲ ਸੰਜੇ ਸਿੰਘ ਨੇ ਹਮਲਾਵਰ ਹੋ ਕੇ ਪਾਸਾ ਹੀ ਪਾ ਦਿੱਤਾ, ਉਹਨੇ ਸਾਬਤ ਕਰਨ ਦਾ ਯਤਨ ਕੀਤਾ ਕਿ ਅਸਲ ਦੇ ਵਿੱਚ ਇਹ ਜਿਹੜਾ ਸਾਰਾ ਘੁਟਾਲਾ ਕਥਤ ਅਤੇ ਸ਼ਰਾਬ ਦਾ, ਇਹ ਤਾਂ ਦੇਸ਼ ਵਿੱਚ ਰਾਜ ਕਰਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਆਪਣੀ ਪੈਦਾਇਸ਼ ਹੈ, ਇਹਨਾਂ ਨੇ ਪੈਦਾ ਕੀਤਾ, ਸਾਨੂੰ ਤਾਂ ਮੋਹਰੇ ਵਜੋਂ ਵਰਤਿਆ ਜਾ ਰਿਹਾ। ਸੋ ਇੰਨਾ ਛੇਤੀ ਖਹਿੜਾ ਛੁੱਟਣ ਵਾਲਾ ਤਾਂ ਹੈ ਨਹੀਂ ਇਸ ਮਾਮਲੇ 'ਚ, ਲੇਕਿਨ ਇਹ ਕਿੱਥੋਂ ਤੱਕ ਜਾਂਦਾ ਆਉਣ ਵਾਲਾ ਸਮਾਂ ਦੱਸੇਗਾ ਜੀ। ਰਵਨੀਤ ਸਿੰਘ ਬਿੱਟੂ ਭਾਜਪਾ ਦੇ ਵਿੱਚ ਸ਼ਾਮਲ ਹੋਏ, ਉਹਨਾਂ ਨੂੰ ਭਾਜਪਾ ਨੇ ਟਿਕਟ ਵੀ ਦੇ ਦਿੱਤੀ ਅਤੇ ਅੰਦਰ ਖਾਤੇ ਵਿਰੋਧ ਵੀ ਕਾਫੀ ਦੇਖਣ ਨੂੰ ਮਿਲ ਰਿਹਾ ਹੈ, ਅਤੇ ਬਿਲਕੁਲ ਉਹਨਾਂ ਦੇ ਜਿਹੜੇ ਵਿਰੋਧੀ ਸੀਗੇ ਉਹ ਵੀ ਹੁਣ ਸਾਹਮਣੇ ਆਉਂਦੇ ਨਜ਼ਰ ਆ ਰਹੇ ਨੇ। ਟਿਕਟਾਂ ਉਹਨਾਂ ਦੀ ਟੱਕਰ ਦੇ ਵਿੱਚ ਤਗੜੇ ਉਮੀਦਵਾਰਾਂ ਨੂੰ ਦੇਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ, ਸਾਰੀਆਂ ਧਿਰਾਂ ਨੇ ਜ਼ੋਰ ਲਾਇਆ ਵੀ ਕੋਈ ਨਾ ਕੋਈ ਅਜਿਹਾ ਲੀਡਰ ਉਹਦੇ ਬਰਾਬਰੀ ਦਾ ਉਤਾਰਿਆ ਜਾਵੇ ਜਿਹੜਾ ਉਹਨੂੰ ਪੂਰੀ ਕਰਾਰੀ ਹਾਰ ਦੇ ਸਕੇ। ਕੁੱਲ ਮਿਲਾ ਕੇ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ ਰਵਨੀਤ ਬਿੱਟੂ ਨੇ। ਦੇਖੋ ਰਵਨੀਤ ਬਿੱਟੂ 'ਤੇ ਸਵਾਲ ਇਸ ਕਰਕੇ ਬਹੁਤ ਜ਼ਿਆਦਾ ਉੱਠਿਆ ਜਿਵੇਂ ਪਟਿਆਲੇ ਪੈਲਸ ਵਾਲਿਆਂ 'ਤੇ ਉੱਠੇ ਹੈ। ਸਾਬਕਾ ਧੜੱਲੇਦਾਰ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦਾ ਪੋਤਰਾ, 3 ਵਰਗਾਂ ਦਾ ਮੈਂਬਰ ਪਾਰਲੀਮੈਂਟ ਲਗਾਤਾਰ 15 ਸਾਲ, ਇਸ ਪਰਿਵਾਰ ਦੇ ਵਿੱਚ ਪਹਿਲਾਂ ਸਰ ਬੇਅੰਤ ਸਿੰਘ ਦੇ ਪੁੱਤਰ ਨੂੰ ਮੰਤਰੀਸ਼ਿਪ ਜੀ, ਫਿਰ ਭਰਾ ਨੂੰ ਮੰਤਰੀਸ਼ਿਪ, ਅਤੇ ਇਕੱਲਾ ਫਿਰ ਇਹੀ ਪਰਿਵਾਰ ਰਹਿ ਗਏ, ਅਤੇ ਫਿਰ ਉਹ ਪਾਰਟੀ ਨੂੰ ਪਿੱਠ ਦਿਖਾ ਕੇ ਤੁਰ ਜਾਣ। ਉਧਰੋਂ
ਭਾਰਤੀ ਜਨਤਾ ਪਾਰਟੀ ਵਿਰੋਧ ਕਰ ਰਹੀ ਹੈ। ਉਹ ਕਹਿੰਦੇ ਭਾਈ ਸਾਹਿਬ 40-40 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ, ਜੇ ਟਿਕਟਾਂ ਤੁਸੀਂ ਦੂਜਿਆਂ ਨੂੰ ਹੀ ਦੇਣੀਆਂ ਨੇ ਤੇ ਪਰ ਸਾਡਾ ਇੱਥੇ ਕੀ ਮਤਲਬ। ਇੱਥੇ ਜਿਹੜੇ ਯੁੱਗ ਬਦਲ ਲਾਏ ਸੀ ਉਹ ਵੀ ਆਪਣੇ ਉਮੀਦਵਾਰ ਨਹੀਂ ਪੈਦਾ ਕਰ ਸਕੇ, ਦੂਜਿਆਂ 'ਚੋਂ ਲਿਆ ਰਹੇ ਨੇ। ਸੋ ਕੁੱਲ ਮਿਲਾ ਕੇ ਬਿੱਟੂ ਨੂੰ ਦੂਰੀ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਰਿਹਾ, ਇੱਕ ਪਾਸੇ ਕਾਂਗਰਸ ਵਾਲੇ ਪਾਸਿਓਂ, ਦੂਜੇ ਪਾਸੇ ਪਾਰਟੀ ਦੇ ਅੰਦਰਲੇ ਖੇਮੇ 'ਚੋਂ। ਤੋ ਦੇਖਦੇ ਹਾਂ ਕਿ ਬਿੱਟੂ ਦਾ ਜਿਹੜੀ ਨਦੀਆ ਪਾਰ ਕਰਨ ਦਾ ਇਹ ਸਿਸਟਮ ਹੈ, ਇਹ ਬੇੜੀ ਸੌਖਿਆ ਪਾਰ ਲੱਗ ਜਾਏਗੀ, ਕੁਝ ਕਿਹਾ ਨਹੀਂ ਜਾ ਸਕਦਾ। ਅਜੇ ਤਾਂ ਜਿਹੜੀ ਦਿੱਲੀ ਦੀ ਦੂਰੀ ਬਹੁਤ ਲੰਬੀ ਹੈ, 1 ਜੂਨ ਦਾ ਸਮਾਂ ਵੀ ਵਾਹਵਾ ਬਾਟ ਖਾਸੀ ਲੰਬੀ ਹੈ, ਪਤਾ ਨਹੀਂ ਇਹਦੇ ਵਿੱਚ ਕਿਸ ਤਰ੍ਹਾਂ ਦੇ ਉਤਾਰ ਚੜ੍ਹਾਅ ਆਉਂਦੇ ਹੈ, ਸਮਾਂ ਦੱਸੇਗਾ। ਅਤੇ ਡੱਲੋ ਸਾਹਿਬ, ਪੰਜਾਬ ਸਰਕਾਰ ਨੇ ਸਾਈਲੋਜ਼ ਦੇ ਵਿੱਚ ਕਣਕ ਦੀ ਖਰੀਦ ਦਾ ਸ਼ੁਰੂ ਕੀਤਾ ਸੀਗਾ, ਐਲਾਨ ਹੋ ਗਿਆ ਸੀਗਾ, ਸਾਈਲੋਜ਼ ਦੀ ਸੂਚੀ ਵੀ ਜਾਰੀ ਹੋ ਗਈ ਸੀ, ਪਰ ਇਹਦਾ ਵਿਰੋਧ ਕੀਤਾ ਗਿਆ ਕਿਸਾਨਾਂ ਵੱਲੋਂ, ਹੋਰਨਾਂ ਵਿਰੋਧੀ ਧਿਰਾਂ ਵੱਲੋਂ, ਜਿਸ ਤੋਂ ਬਾਅਦ ਮਾਨ ਸਰਕਾਰ ਨੂੰ ਯੂ ਟਰਨ ਲੈਣਾ ਪਿਆ ਅਤੇ ਇਹ ਫੈਸਲਾ ਵੀ ਵਾਪਸ ਲੈ ਲਿਆ ਗਿਆ। ਪਰ ਕਿਸਾਨ ਅਜੇ ਵੀ ਕਹਿੰਦੇ ਨੇ, ਜਿਸ ਤਰ੍ਹਾਂ ਉਗਰਾਹਾਂ ਜਥੇਬੰਦੀ ਹੈ, ਕਿ ਅਸੀਂ ਸਾਈਲੋਜ਼ ਦੇ ਬਾਹਰ ਮੁਜ਼ਾਹਰੇ ਕਰਾਂਗੇ। ਧਰਮਿੰਦਰ ਜੀ, ਇੱਕ ਸਰਕਾਰ ਨੇ ਆਖਿਆ ਕਿ ਫੈਸਲਾ ਹੋਇਆ ਵਾ ਸੀ ਪੁਰਾਣੀਆਂ ਸਰਕਾਰਾਂ ਵੇਲੇ ਦਾ, ਅਸੀਂ ਤਾਂ ਉਹਦੇ ਵਿੱਚ ਹੀ ਕਰਤਾ, ਪਰ ਮੇਰੀ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਸਰਕਾਰ ਨੂੰ ਸਲਾਹਾਂ ਕੌਣ ਦਿੰਦਾ। ਜੇ ਪਿਛਲੀ ਸਰਕਾਰ ਨੇ, ਮੰਨ ਲਓ ਤੁਸੀਂ ਵੀ ਵਿਰੋਧ ਕੀਤਾ ਸੀ ਉਦੋਂ, ਇਹਨਾਂ ਨੇ ਆਮ ਆਦਮੀ ਪਾਰਟੀ ਨੇ, ਤੇ ਫਿਰ ਤੁਸੀਂ ਉਹ ਫੈਸਲਾ ਲਾਗੂ ਕਿਉਂ ਕਰਤਾ ਤੇ ਹੁਣ ਰੱਦ ਕਿਉਂ ਕਰਤਾ? ਕੁਝ ਸਵਾਲ ਇਹ ਵੀ ਉੱਠਦੇ ਨੇ, ਪਿਛਲੇ ਸਾਲ ਵੀ ਕਿਸਾਨ ਜਥੇਬੰਦੀਆਂ ਵਿਰੋਧ ਕਰਨ ਦੇ ਬਾਵਜੂਦ ਕਿਸਾਨਾਂ ਨੇ ਉੱਥੇ ਜਾ ਕੇ ਫਸਲ ਵੇਚੀ ਸੀ ਕਿ ਨਹੀਂ ਵੇਚੀ ਸੀ? ਉਦੋਂ ਤੁਹਾਡੇ ਟਰੈਕਟਰ ਉੱਧਰ ਨੂੰ ਕਿਉਂ ਗਏ? ਸੋ ਇਸ ਸਥਿਤੀ ਦੇ ਵਿੱਚ ਇਹ ਕਹਿੰਦੇ ਜੀ ਪਿਛਲਾ ਫੈਸਲਾ ਸੀ ਲਓ ਇਸ ਦਾ ਹਟਾਤਾ, ਉਹ ਬਈ ਪਿਛਲਾ ਫੈਸਲਾ ਪਿਛਲੇ ਸਾਲ ਵੀ ਤਾਂ ਲਾਗੂ ਹੋਊਗਾ, ਉਦੋਂ ਤੁਸੀਂ ਕਿਉਂ ਨਾ ਹਟਾਇਆ? ਤੁਹਾਡਾ ਆਪ ਵਿਰੋਧ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਇੱਥੇ, ਇੱਥੇ ਇੱਕ ਦੂਜੇ ਦੇ ਮੋਢਿਆਂ 'ਤੇ ਪਾ ਪਾ ਕੇ ਕੰਮ ਚਲਾਇਆ ਜਾ ਰਿਹਾ। ਮੈਂ ਸਮਝਦਾ ਇਹਦੇ ਮੁਕਾਬਲੇ ਤੁਸੀਂ ਅਸਲੀਅਤਾਂ ਦੱਸੋ। ਇਹੋ ਚੀਜ਼ ਤਾਂ ਕਿਸਾਨਾਂ ਨੇ ਵਿਰੋਧ ਕੀਤਾ ਸੀ, ਜਿਹੜੇ 3 ਕਾਨੂੰਨ ਬਣਾਏ ਸੀ ਜਿਨ੍ਹਾਂ ਨੂੰ ਕਿਸਾਨ ਕਾਲੇ ਕਾਨੂੰਨ ਕਹਿੰਦੇ ਆ। ਅੱਜ ਦੁਨੀਆ ਬਹੁਤ ਅੱਗੇ ਲੰਘ ਚੁੱਕੀ ਹੈ। ਸੋ ਸਾਈਲੋਜ਼ ਦਾ ਕਿਸਾਨ ਕੱਲ੍ਹ ਵੀ ਵਿਰੋਧ ਕਰਦੇ ਸੀ, ਅੱਜ ਵੀ ਵਿਰੋਧ ਕਰਦੇ ਹੈ ਅਤੇ ਕੱਲ੍ਹ ਵੀ ਵਿਰੋਧ ਕਰਨਗੇ। ਇਸ ਕਰਕੇ ਸਰਕਾਰ ਨੇ ਹਾਲ ਦੀ ਘੜੀ ਇਹ ਫੈਸਲਾ ਵਾਪਸ ਲੈ ਲਿਆ। ਉਹ ਲੋਕ ਸਭਾ ਚੋਣਾਂ ਤੋਂ ਬਾਅਦ ਕੀ ਹੁੰਦਾ ਕੀ ਨਹੀਂ ਹੁੰਦਾ ਪਤਾ ਲੱਗੇਗਾ। ਪਰ ਸਾਈਲੋਜ਼ ਦੇ ਮਾਮਲੇ ਦੇ ਵਿੱਚ ਜਿਵੇਂ ਤੁਸੀਂ ਆਪ ਗੱਲ ਕੀਤੀ ਜੀ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ, ਉਹਨਾਂ ਨੇ ਜ਼ਰੂਰ ਇਹ ਕਿਹਾ ਇਹਨਾਂ ਸਾਈਲੋਜ਼ ਦੇ ਵਿੱਚ ਅਸੀਂ ਕਿਸਾਨਾਂ ਨੂੰ ਜਾਣ ਨਹੀਂ ਦੇਣਾ, ਕਿਸਾਨ ਮੰਡੀਆਂ ਦੇ ਵਿੱਚ ਹੀ ਆਪਣੀ ਫਸਲ ਨੂੰ ਵੇਚਣ ਜੀ। ਚਲੋ ਸਾਹਿਬ, ਮੰਤਰੀ ਆਤਸ਼ੀ ਦਿੱਲੀ ਤੋਂ ਨੇ, ਦਿੱਲੀ ਦੀ ਕੈਬਨਿਟ ਦੇ ਵਿੱਚ ਨੇ ਅਤੇ ਲਗਾਤਾਰ ਉਹ ਵੀ ਸਵਾਲ ਖੜ੍ਹੇ ਕਰ ਰਹੇ ਨੇ ਭਾਜਪਾ ਦੇ ਉੱਤੇ,
ਜਿੱਦਣ ਦੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਆ ਉਦੋਂ ਤੋਂ ਉਹ ਲਗਾਤਾਰ ਉਸੇ ਰਾਤ ਤੋਂ ਲੈ ਕੇ ਹੁਣ ਤੱਕ ਰੋਜ਼ਾਨਾ ਪ੍ਰੈਸ ਕਾਨਫਰੰਸ ਕਰਦੇ ਨੇ, ਕਦੇ ਕੇਜਰੀਵਾਲ ਸਾਹਿਬ ਦਾ ਸੰਦੇਸ਼ ਦੇ ਦਿੰਦੇ ਨੇ, ਕਦੇ ਖੁਦ ਕੁਝ ਨਾ ਕੁਝ ਬਿਆਨ ਦਿੰਦੇ ਨੇ। ਇੱਕ ਬਿਆਨ ਉਹਨਾਂ ਨੇ ਦਿੱਤਾ ਕਿ ਭਾਜਪਾ ਵੱਲੋਂ ਉਹਨਾਂ ਨੂੰ ਆਫਰ ਆਈ ਹੈ ਕਿ ਤੁਸੀਂ ਸਾਡੇ 'ਚ ਰਲ ਜਾਓ, ਨਹੀਂ ਤਾਂ ਫਿਰ ਜੇਲ੍ਹ ਜਾਣ ਵਾਸਤੇ ਤਿਆਰ ਹੋ ਜਾਓ, ED ਤੁਹਾਡੇ 'ਤੇ ਰੇਡ ਕਰੇਗੀ, ਤੁਹਾਨੂੰ ਗ੍ਰਿਫਤਾਰ ਕਰਾਂਗੇ ਅਤੇ ਨਾਲ ਤੁਹਾਡੇ 3 ਹੋਰ ਲੀਡਰ ਨੇ ਰਾਘਵ ਚੱਡਾ ਸਣੇ ਉਹਨਾਂ ਨੂੰ ਵੀ ਅਸੀਂ ਹਿਰਾਸਤ ਦੇ ਵਿੱਚ ਲੈ ਲੈਣਾ ਹੈ, ਬਚਣਾ ਹੈ ਤਾਂ ਸਾਡੇ ਨਾਲ ਰਲ ਜਾਓ। ਇਸ ਮਾਮਲੇ ਦੇ ਉੱਤੇ ਭਾਜਪਾ ਨੇ ਉਹਨਾਂ ਨੂੰ ਨੋਟਿਸ ਭੇਜਿਆ ਅਤੇ ਇਲੈਕਸ਼ਨ ਕਮਿਸ਼ਨ ਨੇ ਵੀ ਨੋਟਿਸ ਭੇਜਿਆ ਜੀ। ਦੇਖੋ, ਇੱਕ ਤਾਂ ਭਾਜਪਾ ਦਾ ਨੋਟਿਸ ਆ ਮਾਨਹਾਨੀ ਦਾ, ਦੂਜਾ ਚੋਣ ਕਮਿਸ਼ਨ ਦਾ, ਇੱਥੇ ਵੀ ਮਤਭੇਦ ਨੇ। ਜਿੰਨੀਆਂ ਵਿਰੋਧੀ ਧਿਰਾਂ ਨੇ ਉਹ ਕਹਿੰਦੇ ਭਾਰਤੀ ਜਨਤਾ ਪਾਰਟੀ ਕੋਈ ਨੋਟਿਸ ਦੇਵੇ ਅਤੇ ਰਾਤ ਨੂੰ ਸੁੱਤੇ ਪਏ ਦੀ ਜਾਗ ਵੀ ਖੁੱਲ੍ਹ ਜਾਂਦੀ ਹੈ ਚੋਣ ਕਮਿਸ਼ਨ ਦੀ, ਅਤੇ ਜੇ ਅਸੀਂ ਦਿਨੇ ਜਾਗਦੇ ਵੇਲੇ ਕੋਈ ਨੋਟਿਸ ਦੇ ਆਈਏ ਉਹਨੂੰ ਦੇਖ ਕੇ ਅੱਖਾਂ ਵੀ ਚ ਲੈਂਦੇ ਨੇ। ਸੋ ਇੱਥੇ ਜਿਹੜਾ ਚੋਣ ਕਮਿਸ਼ਨ ਹੈ ਇਹਦੀ ਆਜ਼ਾਦੀ ਦੇ ਉੱਤੇ ਵੀ ਸਵਾਲ ਉਠਾਏ ਜਾ ਰਹੇ ਨੇ। ਮੈਂ ਇੱਕ ਪ੍ਰੋਗਰਾਮ ਦੇ ਵਿੱਚ ਸੁਣ ਰਿਹਾ ਸੀ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਕਰਜਨ ਖੜਗੇ, ਉਹ ਕਹਿੰਦੇ ਜੇ ਇੰਡੀਆ ਗੱਠਜੋੜ ਆਉਂਦਾ ਤਾਂ ਸਭ ਤੋਂ ਪਹਿਲਾਂ ਅਸੀਂ ਚੋਣ ਕਮਿਸ਼ਨ ਅਤੇ ਇਹੋ ਜਿਹੜੇ ਹੋਰ ਅਦਾਰੇ ਨੇ ਜਾਂਚ ਏਜੰਸੀਆਂ ਦੇ ਇਹਨਾਂ ਨੂੰ ਆਜ਼ਾਦ ਕਰਾਂਗੇ, ਇਹ ਆਪਣੀ ਆਜ਼ਾਦੀ ਨਾਲ ਕੰਮ ਕਰਨ। ਲੋਕਤੰਤਰ ਦੇ ਵਿੱਚ ਜੇ ਚੋਣ ਕਮਿਸ਼ਨ ਵੀ ਆਜ਼ਾਦ ਨਾ ਰਿਹਾ ਤਾਂ ਫਿਰ ਹੋਵੇਗਾ ਕੀ ਜੀ? ਬੀਬੀ ਆਤਸ਼ੀ ਨੂੰ ਨੋਟਿਸ ਆ ਗਏ ਨੇ, ਦੋ ਪਾਸੇ ਨੋਟਿਸ ਆ ਗਏ ਨੇ, ਇੱਕ ਤਾਂ ਮਤਲਬ ਜਵਾਬ ਦੇਣਾ ਹੈ। ਸੋ ਮੈਂ ਸਮਝਦਾ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਹੈਗਾ ਲਿਖਤੀ ਤੌਰ ਦੇ ਉੱਤੇ ਉਹ ਕੀ ਜਵਾਬ ਦਿੰਦੇ ਹੈ, ਅੱਗੇ ਚੋਣ ਕਮਿਸ਼ਨ ਜਾਂ ਸੰਬੰਧਿਤ ਅਥਾਰਟੀ ਮੰਨਦੀ ਹੈ ਨਹੀਂ ਮੰਨਦੀ ਉਹਨਾਂ ਨੂੰ ਪਤਾ ਹੋਵੇਗਾ ਜੀ। ਟੋਲ ਸਾਹਿਬ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਵੱਖ ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਬਹੁਤ ਮਿਹਰਬਾਨੀ। ਧੰਨਵਾਦ ਸਾਡੇ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ, ਅਤੇ ਅਗਲੇ ਹਫ਼ਤੇ ਵੀ ਇਸੇ ਪ੍ਰੋਗਰਾਮ ਦੇ ਵਿੱਚ ਇਸੇ ਵੇਲੇ ਨਵੀਆਂ ਖ਼ਬਰਾਂ, ਤਾਜ਼ਾ ਮੁੱਦੇ ਲੈ ਕੇ ਹਾਜ਼ਰ ਹੋਵਾਂਗੇ। ਆਗਿਆ ਦਿਓ, ਧੰਨਵਾਦ।